ਦੇ ਦਿੰਦਾ ਜਦੋਂ ਲੈਣ ਤੇ ਆਉਂਦਾ ਫਿਰ ਉਹ ਚਮੜੀ ਦੇੜ ਲੈਂਦਾ ਚਾਹੇ 2 ਰੁਪਏ ਦੀ ਸੁੱਕ ਲਿਓ ਚੱਦਰ ਚੜ੍ਹਦੀ ਆ ਉਹ ਠੀਕ ਹੈ ਨਾ ਜਦੋਂ ਕਹੂੰਗਾ ਜਿਸ ਨੇ ਵੀ ਸਿਰ ਪੇ ਉਠਾਇਆ ਹੈ ਇਸ ਕੋ ਹਰ ਇੱਕ ਬਲਾ ਉਸਕੇ ਸਰ ਸੇ ਟਲੀ ਹੈ ਤੇ ਜਿਹਦੇ ਸਿਰ ਤੇ ਟਲੀ ਚੱਲਣਾ ਰਾਮ ਨਾਲ ਭੱਜਿਓ ਨਾ ਮਿੰਤ ਨਾਲ ਹੀ ਸੁੱਕ ਨਾਲ ਚਾਦਰਾਂ ਬਥੇਰੀਆਂ ਹਟ ਗਈਆਂ ਆਪਣੇ ਕੋਲ ਤਸੱਲੀ ਨਾਲ ਜਾਣਾ ਨਾਵੀ ਮੱਲੋ ਕਰੋ ਲੋਕ ਸ਼ੁਰੂ ਜਾਤਾ ਚਲੀ ਹੈ ਮੇਰੇ ਬਾਬਾ ਕੀ ਚਾਦਰ ਚਲੀ ਹੈ ਮੇਰੇ ਬਾਬਾ ਕੀ ਚਾਦਰ ਚਲੀ ਹੈ ਮੇਰੇ
ਸਵਾਗਤ ਕਰੋ ਮੁੰਡਿਓ। ਮੁਹੰਮਦ ਆ ਆ ਆ ਆ
ਮੁਰਸਲੀਨਾ ਕੋ ਜਾ ਆਈ ਕੇ ਆ ਰਸੂਲ ਅੱਲਾ ਕੋ ਜਾਈ ਕੇ ਮੁਰਦ ਮਾਜ ਕਮੇ ਤੇ ਦਰਦ ਜਦਾਈ ਮੁਹੰਮਦ ਸਭ ਦਾ ਪ੍ਰਵਾਨ ਕਰਿਓ ਤੁਸੀਂ ਸਾਨੂੰ ਚੰਦ ਸਭ ਦੀ ਆਦਿ ਲੱਗਰ ਖੇੜੇ ਵਿੱਚ ਜਾਂ ਸੰਗਤ ਵਿੱਚ ਸ਼ਾਦੀ ਦੇ ਲੈ ਕੇ ਮਾਂ ਬਾਪ ਨੂੰ ਪੜ੍ਹ ਲੱਗਣ ਵਿੱਚ ਆਪ ਜਿਨ੍ਹਾਂ ਦੇ ਕੇਸ ਚੱਲਦੇ ਨੇ ਉਹਨਾਂ ਨੂੰ ਕੇਸਾਂ 'ਚ ਜੋ ਹਸਪਤਾਲਾਂ 'ਚ ਪਾਏ ਨੇ ਉਹਨਾਂ ਨੂੰ ਤੰਦਰੁਸਤੀ ਸਭ ਦੀਆਂ ਜਾਇਜ ਦੁੱਧ ਵਾਲੇ ਨੂੰ ਦੁੱਧ ਦਿਓ ਪੁੱਤ ਵਾਲੇ ਨੂੰ ਪੁੱਤ ਦਿਓ ਇਹ ਕਰਿਓ ਕਰ ਦਿਓ ਆਪਣੇ ਬੱਚਿਆਂ ਮੇਲੇ ਚ ਆਪਣੇ ਬੱਚਿਆਂ ਸਾਨੂੰ ਜੋ ਮੰਗਣਾ ਆਇਆ ਉਹਨਾਂ ਦਾ ਭਲਾ ਪਰ ਹੱਕ ਨਜ਼ਰ ਕਰਾਓ ਜੀ ਇਹਨਾਂ ਦਾ ਹੱਥ ਲਵਾ ਕੇ ਦਓ ਜੀ ਇਹ ਤੁਹਾਡੀ ਜਿਹੜੀ ਨਜ਼ਰ ਆ ਇਹਨਾਂ ਵਰਗੀਆਂ ਆ ਪ੍ਰਧਾਨ ਕਿੱਥੇ ਆ ਪ੍ਰਧਾਨ ਜੀ ਇੱਧਰ ਆਓ ਜਦੋਂ ਵੀ ਨਜ਼ਰ ਕਰਾਉਣੀ ਆ ਕਮੇਟੀ ਨੇ ਵੀ ਇਹਨਾਂ ਦਾ ਹੱਥ ਲਾ ਕੇ ਨਾਲ ਕਰਾਉਣੀ ਆ ਸਰਕਾਰਾਂ ਦਾ ਕਿਉਂਕਿ ਜਿਹੜੀ ਤੁਹਾਡੇ ਵੱਲੋਂ ਦਿੱਤੀ ਜਾਣੀ ਆ ਨਜ਼ਰ ਉਹ ਸਾਨੂੰ ਸਰਕਾਰਾਂ ਵੱਲੋਂ ਮਿਲਣੀ ਆ
ਇਹ ਸੰਗਤ ਦੀ ਹਾਜ਼ਰੀ ਆ। ਤੁਸੀਂ ਢੋਲੀ ਹੋ, ਤੁਸੀਂ ਰਹਿਣ ਦਿਓ, ਸਦਾ ਸੁਖੀ ਰਹੋ, ਕੋਈ ਨੀ, ਜਿਉਂਦੇ ਵਸਦੇ ਰਹੋ, ਬੇਟੇ ਖੁਸ਼ ਰਹੋ। ਹੁਣ ਲਾਓ ਨੌਬਤ ਮੇਰਾ ਪੁੱਤ।
ਤੇਰੀ ਬੇਬੀ ਚਲਿਆ ਬਾਹਰ ਲਗਾ ਦੇ ਬਾਜ਼ਾਰ ਚੌੜੀ ਧਰਤੀ ਤੇ ਆ ਲੁੱਕ ਤੇ ਲੇਕਰ ਤੰਗ ਯਾ ਮੁਹੰਮਦ ਯਾਰ ਤੇਰੀ ਬੇਬੀ ਮੇਰਾ ਬਾਹਰ ਲਗਾ ਦੇ ਬਾਜ਼ਾਰ ਚੌੜੀ ਧਰਤੀ ਤੇ ਆ ਲੁੱਕ ਤੇ ਲੇਕਰ ਕਰ ਦੋ ਜੀ ਯਾ ਮੁਹੰਮਦ ਯਾਰ ਚੌੜੀ ਧਰਤੀ ਤੇ ਆ ਲੁੱਕ ਤੇ ਲੇਕਰ ਕਰ ਦੋ ਜੀ ਤੇਰੀ ਬੇਬੀ ਮੇਰਾ ਪਾਰ ਲੰਘਾ ਰਿਹਾ ਯਾਰ ਬਿਸਮਿਲਲਾਹ ਰਹਿਮਾਨ ਰਹੀਮ ਸਖੀ ਸਰਬ ਸੰਤਾਨ ਲੱਕਾਂ ਦੇ ਝੰਡੇ ਚਾਦਰਾਂ ਮੰਜੂਰ ਕਰੋ ਮੇਲਾ ਮੰਜੂਰ ਕਰੋ ਬੱਚਿਆਂ ਤੋਂ ਸੇਵਾ ਕਰਦਿਆਂ ਤੋਂ ਸੌ ਸੰਗਤ ਤੇਰੇ ਬੱਚਿਆਂ ਦਾ ਤਾਂ ਤੌਬਾ ਮੇਰੀ ਤੌਬਾ ਮੇਰੀ ਸਾਡੀ ਹਾਰ ਦੀ ਮੰਜ਼ੂਰ ਸਾਡੀ ਸੇਵਾ ਰਿਆ ਸਿੰਘ ਔਰ ਸ਼ਹੀਦੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਾਣ ਜੀ ਦੇ ਦਾਤਾ ਸਰਕਾਰ ਸਾਹਿਬ ਨੌ ਦਾ ਪੰਜੇ ਜਿਸਤਾ ਢਾਈ ਰੋਟੀ ਚੌਦਾਂ ਸੌ ਸਾਲ ਦਾ ਸੱਚੀਓ ਸਰਕਾਰ ਸਾਰਾ ਚੌਦਾਂ ਇੱਕ ਲੱਖ ਚੌਵੀ ਹਜ਼ਾਰ ਪੰਤਾਲੀ ਸਰਕਾਰੋ ਰੋਟੀ ਹਾਲੋ ਹਾਲੋ
ਜਬ ਤੇਰਾ ਨਾਮ ਲਿਆ ਹੈ। ਹੈਲੋ, ਜਬ ਤੇਰਾ ਨਾਮ ਲਿਆ ਹੈ ਤੋ ਪਹਿਲੇ ਬੜਾ ਬਿਸਰੇ, ਜਬ ਤੇਰਾ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨੀ ਹੋਵੇ, ਜੇ ਆਪਾਂ ਸਿੱਖ ਧਰਮ ਦੀ ਰਵਾਇਤ ਮੁਤਾਬਕ ਗੱਲ ਕਰੀਏ, ਬਹਿ ਜਾਓ ਭਾਈ, ਬਹਿ ਜਾਓ ਸਾਰੇ, ਬਹਿ ਜਾਓ। ਉਸੇ ਤਰ੍ਹਾਂ ਹੀ ਜੇ ਹਿੰਦੂ ਮਤ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਜਾਗਰਣ ਕਰਾਉਂਦੇ ਹਾਂ ਤਾਂ ਆਦਿ ਗਣੇਸ਼ ਪੂਜਨ ਕੀਤਾ ਜਾਂਦਾ। ਧਰਮ ਅਨੁਸਾਰ ਮਹਿਫਲ ਕਰਾਉਂਦੇ ਹਾਂ ਜਾਂ ਭੰਡਾਰਾ ਕਰਾਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਬਿਸਮਿਲਾ ਆਖਦੇ ਹਾਂ। ਕਿਉਂ? ਬਿਸਮਿਲਾ ਕਹਿਣ ਦੇ ਨਾਲ ਜਾਂ ਵਾਹਿਗੁਰੂ ਕਹਿਣ ਦੇ ਨਾਲ ਜਾਂ ਰਾਮ ਕਹਿਣ ਦੇ ਨਾਲ ਪਤਾ ਕੀ ਬਣਦਾ? ਅਕਾਲ ਪੁਰਖ ਦੀ ਉਸ ਕੰਮ ਦੇ ਉੱਤੇ ਨਜ਼ਰ ਹੋ ਜਾਂਦੀ ਹੈ। ਆਪਾਂ ਕਹਿੰਦੇ ਹਾਂ ਨਾ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਮੈਂ ਕੰਮ ਸ਼ੁਰੂ ਕਰਨ ਲੱਗਿਆ, ਤਾਂ ਬੰਦਾ ਕਹਿ ਕੇ ਫਰੀ ਹੋ ਜਾਂਦਾ ਔਰ ਰੱਬ ਦੀ ਡਿਊਟੀ ਲੱਗ ਜਾਂਦੀ ਹੈ, ਰੱਬ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਕੁਰਾਨ ਕੇ ਅਵਲ ਮੇ ਲਿਖਾ ਬਿਸਮਿਲਾ, ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ, ਸਫਾਏ ਕੁਰਾਨ ਕੇ ਵੀ, ਸਫਾਏ ਮਤਲਬ ਸਫਾ ਪੰਨਾ, ਪੰਨੇ ਦੇ ਉੱਤੇ ਸਭ ਤੋਂ ਪਹਿਲਾਂ ਬਿਸਮਿਲਾ ਲਿਖਿਆ ਹੋਇਆ ਕੁਰਾਨ ਸ਼ਰੀਫ ਦੇ ਵਿੱਚ। ਜਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਦੇ ਆ ਨਾ, ਉਹਦੇ ਉੱਪਰ ਸਭ ਤੋਂ ਪਹਿਲਾਂ ਕੀ ਲਿਖਿਆ ਹੁੰਦਾ? ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ। ਗੱਲ ਗੁਰਦੁਆਰੇ ਨੀ ਜਾਂਦੇ, ਜਾਂਦੇ ਨੀ ਗੁਰੂ ਘਰ, ਫਿਰ ਬੋਲੋ ਲਵਾਓ ਹਾਜ਼ਰੀ, ਨਾਨਕ ਹੋਸੀ ਪੀ ਸੱਚ। ਕਿਉਂਕਿ ਮੈਂ ਨੀ ਕਹਿੰਦਾ, ਗੁਰਬਾਣੀ ਦਾ ਫਰਮਾਨ ਹੈ, ਤੇਰਾ ਕੀਤਾ ਜਾਤੋ ਨਾਹੀ ਮੈਂ ਨਹੀਂ ਜੋ ਕੀਤੋਈ, ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ, ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਦੀਵਾ। ਕਲ ਯੁਗ ਦੇ ਵਿੱਚ ਬੇੜਾ ਉਹਦਾ ਪਾਰ ਹੋਣਾ ਜਿਹੜਾ ਬਾਣੀ ਨਾਲ ਜੁੜਿਆ ਹੋਇਆ, ਚਾਹੇ ਕਹਿ ਲਾ ਰਾਮ ਰਾਮ ਚਾਹੇ ਕਹਿ ਲਾ ਮੂੰਹ ਚੋਂ ਅੱਲਾ, ਪੂਰੇ ਗੁਰੂ ਤੋਂ ਬਗੈਰ ਨਹੀਂ ਹੋਣਾ ਮਨ ਨੂੰ ਤਸੱਲਾ, ਬੇੜਾ ਉਹਦਾ ਪਾਰ ਹੋਣਾ ਜਿਹੜਾ ਗੁਰੂ ਵਾਲਾ
ਜਿਹੜਾ ਬੇਗੁਨਾਹ ਨਾਮ ਚੱਲਦਾ ਚੱਲਦਾ ਕਿ ਨਹੀਂ ਦੱਸੋ। ਜੇ ਉਹਨਾਂ ਨੇ ਕਮਾਈ ਕੀਤੀ ਆ ਆਲੇ ਦੁਆਲੇ ਦੇ ਤਾਂ ਨਗਰ ਤਾਰੇ ਹੀ ਤਾਰੇ ਨੇ, ਉਹ ਪਰਮਾ ਤੱਕ ਲੋਕ ਯਾਦ ਕਰਦੇ ਨੇ ਬੈਠੇ ਵੀ ਸੰਤਾਂ ਨੇ ਕਮਾਈ ਕੀਤੀ ਆ। ਜਿੱਦਣ ਦੀ ਮੈਂ ਗੁਰੂ ਵਾਲੀ ਹੋ ਗਈ ਉਦਣ ਦੇ ਮੇਰੇ ਕਰਮ ਤਰ ਗਏ, ਤੇ ਕੀ ਕਹਿੰਦਾ ਸਾਰਿਆਂ ਨੇ ਹੋ ਮੁਰਸ਼ਦ ਮੇਰੇ ਮੁਰਸ਼ਦ ਮੇਰੇ। ਬਾਕੀ ਕੰਮ ਬਾਅਦ ਚ ਕਰੇ ਨੇ,
ਪੰਚਮ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਸਾਈ ਮੀਆਂ ਮੀਰ ਤੇ ਰਖਾਇਆ। ਤਾਂ ਉੱਥੇ ਹਿੰਦੂ ਵੀ ਜਾਂਦੇ ਆ, ਸਿੱਖ ਵੀ ਜਾਂਦੇ ਆ, ਮੁਹੰਮਦਨ ਵੀ ਜਾਂਦੇ ਆ, ਪ੍ਰਭੂ ਯਿਸੂ ਮਸੀਹ ਨੂੰ ਮੰਨਣ ਵਾਲੇ ਵੀ ਉੱਥੇ ਜਾਂਦੇ। ਰੱਬ ਦੀਆਂ ਤਾਂ ਜਾਤਾਂ ਹੀ ਢਾਈ ਨੇ, ਰੱਬ ਦੀ ਕੋਈ ਜਾਤ ਨਹੀਂ। ਉਹਦੀਆਂ ਢਾਈ ਜਾਤਾਂ ਪਤਾ ਕਿਹੜੀਆਂ? ਇੱਕ ਬੰਦਾ, ਇੱਕ ਔਰਤ, ਔਰ ਅੱਧੀ ਜਾਤ ਆ ਖੁਸਰਿਆਂ ਦੀ। ਰੱਬ ਦੀਆਂ ਤਾਂ ਜਾਤਾਂ ਢਾਈ ਹੋਈ ਨੇ, ਆ ਬਾਕੀ ਜਿਹੜੀਆਂ ਜਾਤਾਂ ਬਣਾਈਆਂ ਹੋਈਆਂ ਨੇ, ਇਹ ਹਮਾ ਤੁਮਾ ਲੋਕਾਂ ਦੀਆਂ ਹੀ ਬਣਾਈਆਂ ਹੋਈਆਂ ਨੇ, ਰੱਬ ਦੀ ਕੋਈ ਜਾਤ ਨਹੀਂ। ਉਹਦੀਆਂ ਢਾਈ ਜਾਤਾਂ ਹੀ ਨੇ। ਕੀ ਕਹਿਣਾ? ਭਾਵੇਂ ਚੰਗੀਆਂ ਭਾਵੇਂ ਮੰਦੀਆਂ, ਮੇਰੇ ਬਾਪ ਦੇ ਪੇ, ਮੇਰੇ ਬਾਪ ਦੇ ਪੇ।
ਹੱਥ ਖੜਾ ਕਰੋ ਜਿਹੜਾ ਜਿਹੜਾ ਗਰੀਬ ਬਣ ਕੇ ਆਇਆ। ਇੱਥੇ ਸੁਣੀਆਂ ਹੀ ਗਰੀਬਾਂ ਦੀ ਜਾਂਦੀ ਆ, ਇਹ ਗੱਲ ਹੀ ਇਹ ਯਾਰ ਹੀ ਗਰੀਬਾਂ ਦੇ ਨੇ, ਤਾਂ ਕੀ ਕਹਿਣਾ ਸਾਰਿਆਂ ਨੇ। ਜੀ ਮੈਂ ਤੇਰਾ, ਜੀ ਮੈਂ ਤੇਰਾ ਸੱਚੇ ਪਾਤਸ਼ਾਹ, ਰੱਖ ਲਈ ਗਰੀਬ ਜਾਨ ਕੇ। ਕਿਸੇ ਦਾ ਨੱਕ ਨਹੀਂ ਮਿਲਦਾ, ਕਿਸੇ ਦੀਆਂ ਅੱਖਾਂ ਨਹੀਂ ਮਿਲਦੀਆਂ, ਪਰ ਮਹਾਰਾਜ ਬੜਾ ਬੇਅੰਤ ਹੈ, ਸੱਚੇ ਪਾਤਸ਼ਾਹ ਬਹੁਤ। ਇਸ ਕਰਕੇ ਉਹਦੇ ਡਰਿਆ ਕਰੋ, ਉਹਦੇ ਭੈ ਚ ਰਿਹਾ ਕਰੋ। ਬੰਦਿਆ ਤੂੰ ਤਾਂ ਚੀਜ਼ ਹੀ ਕੁਛ ਨਹੀਂ, ਉਹਦੇ ਭੈ ਚ ਚੰਦ, ਉਹਦੇ ਭੈ ਚ ਸੂਰਜ, ਉਹਦੇ ਭੈ ਚ ਪਾਣੀ, ਉਹਦੇ ਭੈ ਚ ਅਗਨੀ, ਉਹਦੇ ਭੈ ਚ ਆਕਾਸ਼, ਉਹਦੇ ਭੈ ਚ ਪਤਾਲ, ਲੱਖ ਆਕਾਸ਼ਾਂ ਆਕਾਸ਼, ਹਰ ਚੀਜ਼ ਮਹਾਰਾਜ ਦੇ ਭੈ ਚ ਆ। ਤੇ ਬੰਦਿਆ ਤੂੰ ਕਿਹੜੀ ਹੈਕੜ ਚੱਕੀ ਫਿਰਦਾ। ਇਸ ਕਰਕੇ ਗੁਰੂ ਘਰ ਜ਼ਰੂਰ ਜਾਇਆ ਕਰੋ। ਗੱਲਾਂ ਅੱਜ ਤੁਹਾਨੂੰ ਸਾਰੀਆਂ ਨਵੀਆਂ ਸੁਣਾ ਕੇ ਜਾਊ ਬਾਬਾ ਜੀ ਆਨੰਦ ਨਾਲ। ਹਾਂਜੀ ਹੇ
ਦਾਦਾ ਜੀ ਮੈਂ ਹੋ
ਬਾਬਾ ਗੁਰੀ ਸ਼ਾਹ ਜੀ ਕੋਈ ਤੋੜ ਵੀ ਨਾ ਰਹੀ ਆ ਗਿਆ।
ਆਪਣੇ ਮੇਲੇ ਚ ਆਇਆ ਸਰਕਤ ਕਰਨ, ਇਹਨਾਂ ਤੰਦਿਆਂ ਤੋਂ ਹੀ ਅਲੱਗ ਅਲੱਗ ਸੁਣਾਂਗੇ। ਹਾਂ, ਇੱਕ ਇੱਕ ਹੁੰਦੇ ਨੇ ਫਿਰ ਹੁੰਦੇ ਰਹਿਬਰ, ਜਿਹਨਾਂ ਦੇ ਉਹ ਕਰਮਾਂ ਵਾਲੇ ਹੁੰਦੇ ਨੇ, ਬੜੇ ਭਾਗਾਂ ਵਾਲੇ ਹੁੰਦੇ ਨੇ। ਤੁਸੀਂ ਸਾਰੇ ਬੜੇ ਕਰਮਾਂ ਵਾਲੇ ਹੋ, ਬੜੇ ਭਾਗਾਂ ਵਾਲੇ ਹੋ, ਦਾਦਿਆਂ ਦੇ ਦਰਬਾਰ 'ਤੇ ਹਾਜ਼ਰੀਆਂ ਭਰ ਰਹੇ ਹੋ, ਬਹੁਤ ਮਿਹਰਬਾਨੀ, ਸ਼ੁਕਰੀਆ। ਔਰ ਬਹੁਤ ਸਾਰੇ ਕਲਾਕਾਰ ਨੇ ਇਸ ਦਰਬਾਰ 'ਤੇ ਹਾਜ਼ਰੀ ਲਗਵਾਉਣੀ ਆ, ਬਹੁਤ ਅੱਛੀ ਸਾਊਂਡ, ਬਹੁਤ ਅੱਛੇ ਕਲਾਕਾਰ ਔਰ ਬਹੁਤ ਅੱਛਾ ਸੰਗੀਤ ਪਰਿਵਾਰ। ਭਾਜੀ ਥੋੜ੍ਹੀ ਜਿਹੀ ਸ਼ਾਰਪ ਕਰਕੇ ਗੇਨ ਦੇ ਦਿਓ, ਗੇਨ ਨਹੀਂ। ਵੱਡਾ ਹੰਕਾਰੀ ਹੋਵੇ ਤੇਰੇ ਦਰ ਤੇ ਆ ਕੇ ਝੁਕ ਜਾਂਦਾ, ਭਾਵੇਂ ਕਿੱਡਾ ਕੋਈ ਵੱਡਾ ਹੰਕਾਰੀ ਹੋਵੇ ਤੇਰੇ ਦਰ ਤੇ ਆ ਕੇ ਝੁਕ ਜਾਂਦਾ, ਸੱਚੇ ਦਿਲ ਨਾਲ ਕਰੇ ਅਰਦਾਸ ਜਿਹੜਾ ਉਹਦਾ ਗੇੜ 84 ਦਾ ਝੁਕ ਜਾਂਦਾ। ਬਿਨਾਂ ਹੁਕਮ ਤੇਰੇ ਨਾ ਕੋ ਹਿੱਲੇ ਪੱਤਾ, ਪਾਣੀ ਚੱਲਦੇ ਦਰਿਆਵਾਂ ਦਾ ਰੁਕ ਜਾਂਦਾ, ਜੇ ਨਿਗਾਹ ਮਿਹਰ ਦੀ ਤੁਸੀਂ ਨਾ ਕਰਦੇ ਤਾਂ ਦਰ ਦਲਗੀਰ ਦਾ ਲਿਖਣ ਤੋਂ ਟੁੱਟ ਜਾਂਦਾ। ਸਾਨੂੰ ਤੁਹਾਡਾ ਨਜ਼ਰ ਹੈ, ਗਲੀਆਂ ਬਾਜ਼ਾਰਾਂ ਵਿੱਚ ਮੱਚ ਗਿਆ ਸ਼ੋਰ, ਕਹਿੰਦੇ ਤੇਰੇ ਦਰ ਜਿਹਾ ਨਹੀਂ ਉਹ ਦਰ ਹੋਰ, ਮੈਂ ਦਰਬਾਰ ਕੀ। ਬੜੀ ਮਿਹਰਬਾਨੀ, ਇੱਧਰ ਵੀ ਸਾਡੇ ਭਗਤ ਬੈਠੇ ਨੇ ਬਾਬਾ ਜੀ ਦੇ, ਇੱਕ ਵਾਰੀ ਤਾੜੀ ਲਾ ਦਿਓ ਤੁਸੀਂ ਵੀ ਜੀ, ਮਿਹਰਬਾਨੀ, ਸ਼ੁਕਰੀਆ। ਬਾਬਾ ਜੀ ਆਈ ਤਾਂ ਜੀ ਚੱਕ ਲੈ ਵੀਰੇ।
ਗਲੀਆਂ ਬਾਜ਼ਾਰਾਂ ਵਿੱਚ ਮੱਝ ਗਿਆ ਸ਼ੋਰ ਖਜ਼ਾਨਾ ਮੰਤਰੀ ਹੁੰਦੀਆਂ ਨੇ। ਮੈਨੂੰ ਪਤਾ ਵੀ ਤੁਹਾਡੇ ਕੋਲ ਖਜ਼ਾਨਾ ਬਹੁਤ ਆ, ਪਰ ਤੁਸੀਂ ਜਿੰਨਾ ਖਜ਼ਾਨਾ ਪਿਆ ਜਿਹੜਾ ਫਾਲਤੂ ਖਜ਼ਾਨਾ ਹੈ ਨਾ, ਜਿਹੜਾ ਫਾਲਤੂ ਖਜ਼ਾਨਾ ਫਾਲਤੂ ਮਾਇਆ, ਉਹ ਤੁਸੀਂ ਸਾਰਾ ਮੇਰਾ ਮਾਣ ਕਰ ਦੇਣਾ, ਬੜੀ ਮਿਹਰਬਾਨੀ। ਸਾਡੇ ਸੇਵਾਦਾਰ ਬੜੇ ਬਹੁਤ ਸਾਰਾ ਮਾਣ, ਸ਼ੁਕਰੀਆ ਜੀ। ਹਾਂਜੀ ਸਰਾਮਾ ਕਿਹੜਾ ਖਰੀਦ ਸਰਾਮਾ ਪਾਲ ਕਈ ਤੋਂ ਛੁਪਿਆ
ਲਾਸਟ ਲੈਣਾ ਕਹਿ ਰਿਹਾ ਤੇ ਮੈਂ ਦੱਸ ਇਸ ਕਰਕੇ ਦਿੰਦਾ ਹੁੰਦਾ ਕਿ ਕਈ ਵਾਰੀ
ਜਦੋਂ ਗਾ ਕੇ ਉੱਥੇ ਸਟੇਜ ਤੇ ਥੱਲੇ ਉਤਰੀ ਦਾ ਕਹਿੰਦਾ ਸ਼ੁਕਮਾ ਰਹਿ ਜਾਂਦਾ, ਭਾਈ ਯਾਰ ਤੇਰਾ ਗੀਤ ਖਤਮ ਹੋ ਗਿਆ, ਤੂੰ ਗਾ ਕੇ ਥੱਲੇ ਆ ਗਿਆ, ਵੀ ਤੇਰਾ ਮਾਣ ਕਰਨਾ ਸੀ। ਤੋ ਇਸ ਕਰਕੇ ਮੈਂ ਦੱਸ ਦਿੰਦਾ ਵੀ ਜਿਹੜੇ ਲਾਸਟ ਇਹਨਾਂ ਨੇ ਜਿਹਨਾਂ ਨੇ ਮੇਰਾ ਮਾਣ ਕਰਨਾ ਕਰ ਸਕਦੇ ਆ। ਬਹੁਤ ਮਿਹਰਬਾਨੀ ਸ਼ੁਕਰੀਆ ਜੀ। ਦਾਦਾ ਮੇਰੇ ਕਰੀਮਾ ਵਾਲੀ ਤੇਰੇ ਹੱਥ ਵਿੱਚ ਡੋਰ, ਜਿੱਧਰ ਜਾਵੇ ਉੱਧਰ ਸਕਦੇ ਲਾ ਦਿਓ ਜੀ ਇੱਕ ਵਾਰੀ। ਬਹੁਤ ਮਿਹਰਬਾਨੀ ਸ਼ੁਕਰੀਆ। ਅਗਲਾ ਪ੍ਰੋਗਰਾਮ ਸਾਡੇ ਨਿਸ਼ੀ ਬਾਈ ਜੀ। ਸੋਚੀ ਡੁੱਬਿਆ
ਕਰਦੇ ਸੁਨੇਹਾ ਹੁੰਦੀਆਂ ਨੇ
ਪ੍ਰਬੰਧ ਕਮੇਟੀ ਵੱਲੋਂ, ਸਾਡੇ ਬਾਬਾ ਜੀ ਵੱਲੋਂ, ਸਾਰੀਆਂ ਭੈਣਾਂ ਵੱਲੋਂ, ਸਾਰਿਆਂ ਦਾ ਤਹਿ ਦਿਲ ਤੋਂ ਖਜ਼ਾਨਾ ਸੋਹਣੀ ਨਿਗਾਹ ਜੀ ਕਬੂਲ ਕਰਿਓ। ਸੁਖਲੀ ਹਾਲ ਜੀ ਸਾਡੇ ਨਿਸ਼ੀ ਗਲੋਟੀ ਜੀ, ਲੱਖ ਦਾ ਤਾਂ ਸੱਚੀ ਸਰਕਾਰ ਦਾ ਪਾਵਨ ਪਵਿੱਤਰ ਦਰਬਾਰ ਦਸਮੋ ਨਗਰ ਵੱਲੋਂ ਮੇਲਾ ਮਨਾਇਆ ਜਾ ਰਿਹਾ ਹੈ। ਸਾਡੇ ਛੋਟਾ ਵੀਰ ਗੁੱਗਾ ਗੀਤਕਾਰ ਗੁਰੀ ਬਿਰਾ ਵੀਰ ਸੋ ਨਿਸ਼ੀ ਗਲੋਟੀ ਜੀ, ਸੋ ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ ਨੇ। ਇੱਕ ਵਾਰੀ ਦੋਨੇ ਹੱਥ ਦੀ ਤਾੜੀ ਮਾਰੋ ਕਿਉਂਕਿ ਖੁਸ਼ੀ ਦਾ ਮਾਹੌਲ ਹੈ, ਸਰਕਾਰਾਂ ਦਾ ਮੇਲਾ ਕਰਵਾ ਰਹੇ ਹੈ। ਕਹਿੰਦੇ ਨੇ ਹਰ ਬੰਦੇ ਨੂੰ ਆਪੋ ਆਪਣ ਦਾ ਮੰਗਣ ਦਾ ਢੰਗ ਹੈ, ਸਾਰੇ ਮੰਗਦੇ ਹੀ ਹੈ। ਕੋਈ ਕਿਵੇਂ ਮੰਗਦਾ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ ਹੈ। ਕਹਿੰਦੇ ਨੇ ਸਿਆਣੇ ਬਜ਼ੁਰਗ ਜਾਂ ਮਾਈਆਂ ਸਿਆਣੇ ਸੱਜਣ ਉਹ ਇੱਕੋ ਗੱਲ ਦੇ ਵਿੱਚ ਮੰਗ ਲੈਂਦਾ ਕਿ ਸੱਚੇ ਪਾਤਸ਼ਾਹ ਮੈਂ ਆਪਣੇ ਪੋਤੇ ਨੂੰ ਸੋਨੇ ਦੇ ਚਮਚੇ 'ਚ ਦੁੱਧ ਪੀਂਦਾ ਵੇਖਾਂ। ਗੱਲ ਮੰਗਣ ਦੀ ਇੱਕੋ ਗੱਲ ਸਾਰੇ ਮੰਗ ਲਿਆ। ਕਈ ਬੰਦਿਆਂ ਦੀ ਉਮਰ ਬੀਤ ਜਾਂਦੀ ਹੈ ਮੰਗਦਿਆਂ ਦੀ, ਮਿਲਦਾ ਫਿਰ ਵੀ ਨਹੀਂ ਕੁਛ। ਆਓ ਉਸ ਤਰ੍ਹਾਂ ਦੀ ਗੱਲ ਤੁਹਾਡੇ ਰੂਬਰੂ ਮੈਂ ਸਮੂਹ ਪ੍ਰਬੰਧਕ ਕਮੇਟੀ ਢੇਰ ਸਾਰੀਆਂ ਮੁਬਾਰਕਾਂ ਦੇ ਰਿਹਾ। ਤੁਹਾਡੀ ਨਜ਼ਰ ਬਾਬਾ ਦਿੱਤੀ ਜੀ ਗੱਲ ਮੰਗਣ ਦੀ ਕਰੀ ਹੈ ਬਾਈ ਨੇ। ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਇੱਕ ਕਲਾਕਾਰ ਨੂੰ ਕੋਈ ਬੰਦਾ 50 ਜਾਂ 100 ਰੁਪਇਆ ਦੇਵੇ, ਪਰ ਜਿਹੜੀ ਸਾਡੀ ਸੰਗਤ ਬੈਠੀ ਆ ਕੋਈ ਵੀ ਕਲਾਕਾਰ ਸਟੇਜ ਤੋਂ ਪਰਫਾਰਮੈਂਸ ਕਰਕੇ ਜਾਂਦਾ 10-10 ਰੁਪਏ ਦਾ ਮਾਣ ਕਰਨਾ ਸਾਰਿਆਂ ਨੇ। ਅੱਗੇ ਵੱਧ ਦੇਣ ਦੀ ਲੋੜ ਨਹੀਂ, ਮੈਂ ਨਹੀਂ ਕਹਿੰਦਾ ਵੀ 100 ਦੋ 50 ਦੋ, ਕਿਉਂਕਿ ਬੰਦਾ ਮਾਣ ਨਾ ਆਉਂਦਾ ਤਾਂ ਉਹਦਾ ਮਾਣ ਰੱਖਣਾ ਆਪਣਾ ਫਰਜ਼ ਬਣਦਾ। 10 ਰੁਪਏ ਦੀ ਗੱਲ ਕੋਈ ਨਹੀਂ ਹੁੰਦੀ ਹੈਗੀ, ਕੋਈ ਵੀ ਕਲਾਕਾਰ ਕਹਿ ਕੇ ਜਾਂਦਾ ਉਹਨੂੰ 10 ਰੁਪਏ ਦਾ ਮਾਣ ਜ਼ਰੂਰ ਹੁੰਦਾ, ਤੁਹਾਡੇ 10-10 ਦੇ ਨਾਲ ਹੀ ਇਹਦਾ ਖਾਸੇ ਹੋ ਜਾਣਗੇ ਵਿਚਾਰੇ ਦੇ ਗਿਲਸਾ ਐਦਾਂ ਵੀ ਵਿਚਾਰਾ ਨਹੀਂ। ਸੋ ਹੱਸਣ ਕੁੱਦਣ ਮਨ ਕਾ ਜੋ ਲੇਖਿਆ ਵਿੱਚ ਗੁਰਬਾਣੀ। ਸੋ ਮੇਰੀਆਂ ਭੈਣਾਂ ਵੱਲੋਂ ਕਹਿੰਦੇ ਮਾਈਆਂ ਰੱਬ ਰਜਾਈਆਂ ਮਾਈ ਪ੍ਰਬੰਧਕ ਕਮੇਟੀ ਨੂੰ ਗੁਜ਼ਾਰਿਸ਼ ਕਰਦਾ ਵੀ ਅਸੀਂ ਵੀ ਇਹ ਮੰਗ ਤੇ ਬਣ ਕੇ ਆਏ, ਸਾਰੇ ਮੰਗ ਤੇ ਹੀ ਹੈ। ਮੰਗਤੀ ਮੈਂ ਤੇਰੇ ਦਰਬਾਰ ਦੀ ਇੱਕ ਨਜ਼ਰੀ ਮਹਿਰ ਦੀ ਪਾ ਦੇ, ਮਹਿਰ ਤੈਥੋਂ ਕੁਝ ਨਾ ਮੰਗਾ, ਮੇਰੇ ਸੁੱਤੇ ਹੋਏ ਭਾਗ ਜਗਾ ਦੇ ਮਹਿਰ ਤੈਥੋਂ 1 2 3 4 ਇਹ ਪਹਿਲੀ ਬਾਣੀ ਪਹਿਲਾ ਸ਼ਗਨ ਬਾਬਾ ਬਿੱਟੂ ਜੀ ਇਹਨਾਂ ਨੇ ਦਰਬਾਰ ਦੇ ਗੱਦੀ ਨਿਸ਼ੀਨ ਉਹਨਾਂ ਵੱਲੋਂ ਭੇਜਿਆ ਗਿਆ, ਤੇ ਜਦੋਂ ਬਾਣੀ ਚੰਗੀ ਹੋ ਜਾਵੇ ਤੇ ਫਿਰ ਸਾਰੀ ਦਿਹਾੜੀ ਵਧੀਆ ਲੰਘਦੀ ਹੈ। ਸਭ ਮਿਹਰਬਾਨੀ ਸਹਿਗ ਜੀ
ਨਾ ਮੰਗਾ ਮੇਰੇ ਸੁੱਤੇ ਹੋਏ ਭਾਗ ਜਗਾ ਦੇ ਛੋਟੀਆਂ ਛੋਟੀਆਂ ਬੱਚੀਆਂ ਵੱਲੋਂ ਇਹ ਕਾਂਜੀਆਂ ਦੇ ਨਾਂ ਤੇ ਇੱਕ ਵਾਰੀ ਤਾੜੀ ਮਾਰੋ ਜੋਰ। ਥੈਂਕ ਯੂ ਜੀ। ਮੇਰੇ ਸੁੱਤੇ ਹੋਏ ਭਾਗ ਜਗਾ ਦੇ ਬਹੁਤ ਸਾਰੀ ਮੁਹੱਬਤ ਸੇਵਾਦਾਰਾਂ ਵੱਲੋਂ ਬਹੁਤ ਸਾਰੀ ਮੁਹੱਬਤ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰਾਂ ਧੰਨਵਾਦ ਹੈ ਮੇਰੇ ਵੀਰਾਂ ਨੂੰ ਮੈਂ ਗੁਜ਼ਾਰਿਸ਼ ਕਰਦਾ ਵੀ ਜਿਹੜਾ ਅੱਜ ਦਾ ਦਿਨ ਹੈ ਸਾਲ ਬਾਅਦ ਹੀ ਆਉਂਦਾ ਹੈ ਤੁਹਾਡੇ ਨਗਰ ਦੇ ਵਿੱਚ ਮੇਲਾ ਹੋ ਰਿਹਾ ਹੈ ਕਿਉਂਕਿ ਮੇਲੇ ਦੇ ਵਿੱਚ ਹਰ ਰੰਗ ਹੁੰਦਾ ਹੈ ਸੋ ਮੇਰੀ ਗੁਜ਼ਾਰਿਸ਼ ਹੈ ਵੀ ਇਹ ਆਪਾਂ ਮੇਲਾ ਵੇਖਣ ਆਇਆ ਸਮਝੋ ਮੇਰੇ ਸੁੱਤੇ ਹੋਏ ਭਾਗ ਜਗਾ ਗੱਦੀਆਂ ਫਰਕ ਰੱਖੇ ਇਹ ਜਿਹੜੇ ਤੁਹਾਡਾ ਦਿੱਤੇ ਹੋਏ ਪੈਸੇ ਨੇ ਇਹ ਲੰਗਰਾਂ ਚ ਪੈ ਜਾਣੇ ਆ ਕਿਉਂਕਿ ਇਹ ਲੰਗਰ ਇੱਕ ਇੱਥੇ ਚੱਲਦਾ ਇੱਕ ਸਾਡੇ ਘਰੇ ਵੀ ਚੱਲਦਾ ਹੈ ਕਿਉਂਕਿ ਉਹ ਵੀ ਲੰਗਰ ਆ ਕਿਉਂਕਿ ਹਰ ਘਰ ਦੇ ਵਿੱਚ ਲੰਗਰ ਚੱਲਦਾ ਹੈ ਤੁਹਾਡਾ ਪਿਆਰ ਆ ਤੁਹਾਡਾ ਸਤਿਕਾਰ ਆ ਮੇਰੀਆਂ ਭੈਣਾਂ ਵੱਲੋਂ ਬਹੁਤ ਸਾਰੀ ਮੁਹੱਬਤ ਬਹੁਤ ਸਾਰਾ ਪਿਆਰ ਥੈਂਕ ਯੂ ਜੀ ਆਹ
ਬਿੱਟੂ ਜੀ ਤੇਰੀ ਮੈਂ ਬਲੰਗਣੀ ਹੋਈ ਤੇ ਬਲੰਗ ਬਣ ਗਿਆ ਹਾਂ ਲਾਸਟ ਲਾਈਨਾਂ ਦੇ ਆ ਜਾ ਬਈ ਬੜੇ ਪਿਆਰ ਨਾਲ ਬੁਲਾਇਆ ਦੋਨਾਂ ਭੈਣਾਂ ਨੂੰ ਤੇ ਪੂਰਾ ਪਰਿਵਾਰ ਸਾਡੇ ਵਿੱਚ ਤਰਸੀ ਫਰਮਾਨ ਹੋਇਆ ਹੋਇਆ ਕਿਸੇ ਦੇ ਨਾਲ ਬਾਬਾ ਜੀ ਦੀ ਰਹਿਮਤ ਬੜੀ ਗੁਰੂ ਗੀਤ ਕਰਦੇ ਕਿਉਂਕਿ ਇਹ ਵੀਡੀਓ ਡਾਇਰੈਕਟਰ ਵੀ ਬਣ ਗਿਆ ਬਾਈ ਹਾਂਜੀ 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 ਤੇ ਗਾਣੇ ਵੀ ਫਰਮਾਉਂਦਾ ਮੈਂ ਤਾਂ ਧੰਨਵਾਦ ਕਰਦੇ ਪਿੰਡ ਦਾ ਨਾਂ ਉੱਚਾ ਕਰਦਾ ਘੜ ਵਿੱਚ ਪਿੰਡ ਦਾ ਨਾਂ ਮੈਂ ਧੰਨਵਾਦ ਕਰਦੇ ਹਾਂ ਤੇ ਲਓ ਆਪਣੇ ਅਗਰ ਗੀਤਾਂ ਦੇ ਨਾਲ ਇੱਕ ਵਾਰ ਮਿੱਠੀ ਜੀ ਤਾੜੀ ਮਾਰਦੇ ਜ਼ੋਰਦਾਰ ਸਾਡੇ ਵੀਰ ਦੇ ਨਾਂ ਤੇ ਸਾਡੇ ਮਿੱਠੇ ਮਿੱਠੀਆਂ ਤਾੜੀਆਂ ਦੇ ਮਿੱਠੇ ਮਿੱਠੇ ਧੁਨਾਂ ਦੇ ਵਿੱਚ ਸਾਡੇ ਵਿਚਾਰੀ ਤੁਹਾਡੇ ਰੂਬਰੂ ਕਰਨ ਜਾ ਰਹੇ